ਸਸ਼ੀਕਾਲ ਜੀ ਸੰਧੂ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ। ਲੈ ਅੱਜ ਦੀ ਮੰਡੀ ਲੱਗੀ ਹੋਈ ਹੈ ਮੌੜ, ਤਰੀਕ ਹੈਗੀ ਆ 20/12/2022 ਆ ਤੇ ਫਤਿਹਾਬਾਦ ਨੂੰ ਦੱਸਿਆ ਸੀ ਆਪਾਂ ਨਾ ਵੀ ਮੌੜ ਮੰਡੀ ਕਰਕੇ ਥੋੜਾ ਚੰਗੇ ਜਾਨਵਰ ਘੱਟ ਤੇ ਗਏ ਤੇ ਹੁਣ ਤੁਸੀਂ ਮੌੜ ਮੰਡੀ ਦੇਖ ਲਿਓ ਵੀ ਕਿਹੋ ਜਿਹੇ ਪਸ਼ੂ ਨੇ। ਐਨ ਕਹਿੰਦੇ ਰੀਝਾਂ ਲੱਗੀਆਂ ਪਈਆਂ ਨੇ, ਮਾਲ ਦੇਖ ਦੇਖ ਨਾ ਰੂਹ ਖੁਸ਼ ਹੁੰਦੀ ਆ ਵੀ ਯਾਰ ਆ ਵੀ ਝੋਟੀ ਜੇ ਆਪਣੇ ਘਰੇ ਖੜੀ ਹੋਵੇ ਨਾ ਵੱਖਰਾ ਨਜ਼ਾਰਾ ਹੋਵੇ ਹੈ ਨਾ। ਪਰ ਰੇਟ ਨਾ ਲੱਗਦੇ ਨੇ ਇਹ ਚੀਜ਼ਾਂ ਨੂੰ ਜਿਹੜੀਆਂ ਅੱਜ ਮੌੜ ਮੰਡੀ, ਇਹ ਖਾਸ ਜਾਣੀ ਵੀ ਜਾਂਦੀ ਆ ਬਈ ਗਾਹਕ ਵੀ ਹੁੰਦਾ ਤਾਂ ਕਰਕੇ ਅਗਲਾ ਚੰਗਾ ਪਸ਼ੂ ਮੌੜ ਮੰਡੀ ਨੂੰ ਰੁੱਖ ਕਰਦਾ ਵੀ ਆਪਾਂ ਉੱਥੇ ਪਾਈਏ ਵੀ ਉੱਥੇ ਆਪਣਾ ਪਸ਼ੂ ਚੰਗੇ ਰੁਪਈਏ ਬਟਾ ਦੂਗਾ। ਮੈਂ ਹੁਣ ਤੁਹਾਨੂੰ ਜਾਨਵਰ ਦਿਖਾਵਾਂਗੇ ਮੌੜ ਮੰਡੀ ਵੀ ਕਿਹੋ ਜਿਹੇ ਪਹੁੰਚਦੇ ਨੇ, ਕਿਹੋ ਜਿਹੇ ਪਸ਼ੂਆਂ ਵਾਸਤੇ ਇਹ ਜਾਣੀ ਜਾਂਦੀ ਆ। ਲੈ ਤੁਸੀਂ ਆਪ ਦੇਖ ਲਿਓ ਵੀ ਕੀ ਚੀਜ਼ਾਂ ਨੇ। ਲੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਲੈ ਕਰਦੇ ਹਾਂ ਸ਼ੁਰੂ, ਆਹ ਬਾਈ ਦੀ ਦਿਖਾਉਂਦੇ ਹਾਂ ਝੋਟੀ। ਮੈਨੂੰ ਲੱਗਦਾ ਵੀ ਅੱਜ ਮੰਡੀ 'ਚ ਰੌਣਕ ਰਹੀ ਅਤੇ ਦੇਖਦੇ ਹਾਂ ਇਹ ਝੋਟੀ ਦਾ ਕੀ ਗੱਲਬਾਤ। ਲੈ ਤੋਰੀ ਬਾਈ, ਲੈ ਆਹ ਝੋਟੀ ਤੋਰ ਬਾਈ, ਆਹ ਝੋਟੀ ਆਹ ਤੋਰ, ਆਹ ਤੋਰ, ਆਹ ਤੋਰ ਦੇਖ ਇਹ ਝੋਟੀ ਤੇ ਅੱਜ ਨਾ ਕਹਿੰਦੇ 15 ਗਾਹਕਾਂ ਦੀ ਅੱਖ ਦੀ ਹੈ ਨਾ ਇਹ ਝੋਟੀ ਤੇ 15 ਗਾਹਕਾਂ ਦੀ ਅੱਖ। ਮੋੜ ਲਿਆ ਵੀਰੇ, ਮੋੜ ਲਿਆ, ਮੋੜ ਲਿਆ। ਇੱਕ ਤਾਂ ਇਹ ਨਾ ਖੜੀ ਇਧਰਲੇ ਪਹਿਲੇ ਕੰਨੇ ਤੇ ਸੀ, ਪਹਿਲੇ ਸ਼ੈੱਡ ਚ ਪਹਿਲੇ ਕੰਨੇ ਤੇ। ਮੈਂ ਤੁਹਾਡੀ ਜਾਣਕਾਰੀ ਲਈ ਦੱਸਦਾ ਵੀ ਇਹ ਝੋਟੀ ਦਾ ਨਾ ਸੌਦਾ ਹੋ ਗਿਆ ਤੇ ਚੋ ਕੇ ਹੌਲੀ ਕਰਤੀ ਹੁਣ, ਹੈ ਨਾ ਹੌਲੀ ਕਰਤੀ। ਇੱਕ ਬਾਲਟੀ ਦੁੱਧ ਦੀ ਨਾ ਕੜਤੀ ਇਹਦੀ, ਇੱਕ ਬਾਲਟੀ ਦੁੱਧ ਦੀ ਇਹਦੀ ਕੜਤੀ। ਬਾਕੀ ਆਪਾਂ ਬਾਈ ਨੂੰ ਪੁੱਛ ਲੈਂਦੇ ਆ ਵੀ ਕੀ ਗੱਲਬਾਤ ਆ, ਕੀ ਡਿਟੇਲ ਆ। ਇਹ ਤਾਂ ਵੀਕਲੀ ਬਾਈ, ਇਹ ਤਾਂ ਨਾ ਕੀ ਹਾਲ ਆ ਬਾਈ ਦਾ? ਵਧੀਆ ਵੀਰੇ। ਕਿਹੜਾ ਪਿੰਡ ਆ ਬਾਈ? ਪਿੰਡ ਰਾਜਗੜ੍ਹ ਕੁੱਬੇ ਆ ਬਾਈ। ਰਾਜਗੜ੍ਹ ਕੁੱਬੇ ਝੋਟੀ ਦਿਖਾਈ ਆ ਜਿਹੜੀ, ਕੀ ਗੱਲਬਾਤ ਆ ਬਾਈ? ਇਹ ਵਿਕ ਗਈ ਵੀਰੇ, ਵਿਕ ਤਾਂ ਗਈ ਊ, ਕਿਵੇਂ ਵਿਕੀ ਆ, ਕੀ ਗੱਲਬਾਤ ਆ, ਕਿੰਨਾ ਕੁ ਦੁੱਧ ਆ, ਕਿਹੜਾ ਸੂਰ ਦੁੱਧ ਬਾਈ? ਇਹਦੇ ਥੱਲੇ 17 ਕਿਲੋ ਆ। ਹਾਂ, ਇਹ 1,00,000 ਸਪਰੇ ਆ ਦੀ ਵੀ। ਸੂਆ ਕਿਹੜਾ? ਦੂਜਾ ਹੈ ਵੀਰੇ। ਹੁਣ ਤੂੰ ਯਾਰ ਪਤਾ ਕੀ ਗੱਲ ਆ, ਵੇਚ ਚਾਹੇ ਤੂੰ 12 ਵਜੇ ਦਿੰਦਾ ਨਜ਼ਾਰਾ ਨਾ ਆਉਂਦਾ ਵਧੀਆ। ਵੀਰੇ ਯਾਰ ਬਾਲੇ ਘਰ ਲਾ ਕੇ 1 ਕਰ ਸਕਦਾ ਜੇ, ਇਹ 1.70 ਦੀ ਦਿੰਦਾ ਉਹ ਚੌਜਾ ਪੂਰਾ ਹੋ ਜਾਂਦਾ। ਤਾਂ ਉਹ ਤਾਂ ਵੀਰੇ ਬਾਲਾ ਕਰਾ ਯਾਰ, ਮੈਂ 10 ਦਿਨ ਘਰੇ ਸਾਮੀ ਰਹਿ ਗਿਆ ਯਾਰ, ਘਰੇ ਦੱਸਿਆ ਨਹੀਂ ਕਿਸੇ ਨੂੰ ਵੀਰੇ ਝੋਟੀ। ਨਾ ਨਾ ਠੀਕ ਆ, ਝੋਟੀ ਤੇਰੀ ਚੰਗੀ ਆ, 17 ਕਿਲੋ ਦੁੱਧ ਕਹਿੰਦਾ। ਮੇਰਾ ਮਨ ਵੀ ਐਂ ਕਹਿੰਦਾ ਵੀ ਇਹ 20 ਕਿਲੋ ਦੁੱਧ ਕੱਢੂ। ਹਾਂ ਕੱਢੂ ਵੀਰੇ ਮੌਜ ਨਾਲ। ਕਿਹੜੇ ਗਾਹਕਾਂ ਨੇ ਲੈਤੀ ਆ ਬਾਈ? ਇਹ ਫਲੋਰੀਆਂ ਨੇ। ਫਲੋਰ ਵਾਲੇ ਕਿਹੜੇ ਬਾਈ? ਕਲਵੰਤ ਵਰਗੇ ਬਾਈ। ਕਲਵੰਤ ਨੇ ਲੈਤੀ ਆ? ਬਾਕੀ ਜੇ ਕਿਸੇ ਨੇ ਉਹ ਤਾਂ ਆਪਣੇ ਬੰਦੇ, ਉਹਨਾਂ ਤੋਂ ਆਪਾਂ ਲੈ ਵੀ ਲਵਾਂਗੇ, ਕੋਈ ਗੱਲ ਨੀ। ਜੇ ਕਿਸੇ ਨੂੰ ਸੱਜਣ ਨੂੰ ਇਹ ਝੋਟੀ ਚਾਹੀਦੀ ਹੋਈ ਤਾਂ ਉਹ ਕਰ ਲਿਓ ਸੰਪਰਕ, ਆਪਾਂ ਲੈ ਕੇ ਵੀ ਦੇ ਦਾਂਗੇ ਯਾਰ, ਇਹੀ ਜੀ ਗੱਲ ਨੀ। ਬਾਕੀ ਜਦੋਂ ਮੈਂ ਬਾਈ ਲਵੇ ਆ ਕੇ ਖੜਿਆ, ਜਦੋਂ ਬਾਈ ਤਾਂ ਕਹਿੰਦਾ ਕਿ ਤਾਂ ਵਿਕ ਗਈ ਕਿਸੇ ਪਾਸੇ, ਇਹੋ ਜਿਹੀ ਗੱਲ ਨੀ, ਉਂਗਲ ਨੀ ਤਰਾਉਂਦੀ। ਹੁਣ ਤਾਂ ਕੁਛ ਵੀ ਨੀ, ਹੁਣ ਤਾਂ ਚੋਤੀ ਦਾ ਮੇਲਾ ਲਾ ਲਈ। ਇੱਕ ਆਹ ਝੋਟੀ ਆ ਬਾਈ ਲਵੇ, ਇਹਦਾ ਵੀ ਕਹਿੰਦੇ ਚੰਗਾ ਮੁੱਲ ਲੱਗੀ ਜਾਂਦਾ ਹੈ ਨਾ, ਇਹਨੂੰ ਵੀ ਤੋੜ ਦੇ ਬਾਈ। ਅੱਜ ਜਾਨਵਰ ਤੇਰੇ ਲਵੇ ਪੂਰੇ ਟੌਪ ਦੇ ਆ, ਹੈ ਜਾਨਵਰ ਬਾਈ ਲਵੇ ਅੱਜ ਪੂਰਾ ਸਿਰਾ ਹੀ ਆ। ਬਾਕੀ ਮੌੜ ਮੰਡੀ ਯਾਰ ਗਾਹਕ ਵੀ ਹੁੰਦਾ ਹੈ ਨਾ, ਗਾਹਕ ਵੀ ਹੁੰਦਾ ਇਹੋ ਜਿਹੀਆਂ ਚੀਜ਼ਾਂ ਦਾ, ਇਹਦੇ ਵੀ ਮੁੱਲ ਲੱਗੀ ਜਾਂਦਾ ਹੈ ਨਾ। ਇਹ ਕਿੰਨੇ ਦੀ ਛੱਡ ਦਾਂਗੇ ਬਾਈ? ਇਹ ਬਾਈ 1.70। ਅੱਛਾ, ਡੇਢ ਤੇ ਗਰਾਰੀ ਅੜੀ ਹੋਈ ਆ, 1.70 ਡੇਢ ਤੇ ਗਰਾਰੀ ਅੜੀ ਆ, 40-40 ਕਹਿੰਦਾ ਲੱਗਦਾ, 40-42 ਲਾਉਂਦੇ ਆ, ਡੇਢ ਤੇ ਗਰਾਰੀ ਅੜੀ ਆ ਇਹਦੀ, 1.70। ਠੀਕ ਆ ਠੀਕ ਆ, 12 ਕਿਲੋ ਬੋਲਾ ਇਹ ਵੀ ਦੇ ਦੂ, 15-16 ਕਿਲੋ। ਠੀਕ ਆ ਠੀਕ ਆ, ਤੇਰਾ ਨੰਬਰ ਤਾਂ ਬੋਲ ਬਾਈ। ਮੇਰਾ ਨੰਬਰ ਹੈ ਬਾਈ 94-175 ਬਾਈ 52-57। ਪਿੰਡ ਰਾਜਗੜ੍ਹ ਕੁੱਬੇ ਬਾਈ। ਕਿੱਥੇ ਜੇ ਪੈਂਦਾ? ਮੌੜ ਮੰਡੀ ਤੋਂ 5 ਕਿਲੋਮੀਟਰ। ਮੌੜ ਮੰਡੀ ਤੋਂ 5 ਕਿਲੋਮੀਟਰ ਏਰੀਆ ਚੰਗੇ ਪਸ਼ੂਆਂ ਵਾਸਤੇ ਜਾਣਿਆ ਜਾਂਦਾ ਹੈ ਨਾ। ਹਾਂ ਤਾਂ ਹੀ ਇੱਧਰ ਗਾਹਕ ਮੌੜ ਮੰਡੀ ਦਾ ਰੁਖ ਕਰਦਾ।
ਇਧਰਲਾ ਪਸ਼ੂ ਦੁੱਧ ਤੋਂ ਨਹੀਂ ਮਰਦਾ ਕਹਿੰਦੇ ਦੁੱਧ ਚੰਗਾ ਦਿੰਦੀਆਂ ਨੇ ਆ ਜਾ ਹੋਰ ਦਿਖਾ ਦਈਏ ਕੋਈ ਹੁਣ ਸਾਨੂੰ ਲੈ ਆ ਦਿਖਾ ਦੇ ਹਨੇਰੇ ਵਾਲੇ ਪੰਡਤਾਂ ਦੀਆਂ ਵੀ ਦਿਖਾ ਦਈਏ ਤੋਰ 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 ਇਹ ਵੀ ਚੰਗੀ ਆ ਬਈ ਮੋੜ ਲਿਆ ਜੀ ਧੰਦ ਹੋਣ ਦੇ ਬਾਵਜੂਦ ਵੀ ਅੱਜ ਕਹਿੰਦੇ ਮੋੜ ਮੰਡੀ ਚੰਗੀ ਰੌਣਕ ਆ ਚੰਗੀ ਰੌਣਕ ਆ ਕੀ ਗੱਲਬਾਤ ਆ ਜੀ ਇਹਦੀ 1,35,000 ਰੁਪਇਆ ਰੇਟ ਆ ਇਹਦਾ ਆਈਦਾ ਜੀ ਆਈਦਾ ਇਹਦਾ 1,42 ਤੋਰੋ ਇਹਨੂੰ ਮਾੜੀ ਜੀ ਇਹਦਾ ਖਾਣ ਥੋੜਾ ਜਿਹਾ ਲੰਬਾਈ ਚ ਆ ਉੱਚੀ ਚ ਚੰਗੀ ਆ ਦੁੱਧ ਨੂੰ ਚੰਗੀ ਹੋਊ ਇਹ ਵੀ 12 ਕਿਲੋ ਦੁੱਧ ਅੱਛਾ ਠੀਕ ਆ ਠੀਕ ਆ ਇਹਦਾ 1,42,000 ਰੁਪਇਆ ਮੰਗਦਾ ਦੇਖੀ ਦੇਖੀ ਡਰਾ ਨਾ ਦੀ ਡਰਾ ਨਾ ਦੀ ਡਰਾ ਨਾ ਦੀ ਦੇਖੀ 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 ਚੀਜ਼ ਚੰਗੀ ਆ ਬਈ ਇਹ ਵੀ ਦੁੱਧ ਨੂੰ ਚੰਗੀ ਰਹੂ ਲੈ ਬਿਨਾ ਸਿੰਘਾਂ ਤੋਂ ਦਿਖਾ ਦਈਏ ਤੈਨੂੰ ਰੋਟੀ ਮੈਂ ਦਿਖਾ ਇੱਧਰ ਤੋਰ ਕੋਨੀ ਮੈਂ ਆ ਹੈ ਕੋਨੀ ਮੋੜ ਲਿਆ ਬਾਈ ਮੋੜ ਲਿਆ ਕੀ ਮੁੱਲ ਇਹਦਾ ਸਵਾ ਲੱਖ ਹੈ ਜੀ ਇਹਦਾ 1,25,000 ਕਿੰਨੇ ਦੀ ਹੋਊ 1,15 ਦੀ ਜਮੀ ਲਾਸਟ ਕਿੰਨੇ ਦੀ ਹੋ ਜੂਨੇ ਕਾ ਜਮੀ ਵੇਚਣ ਲੈਣ ਵਾਲੇ ਜਿੰਨੇ ਰੁਪਏ ਲੈਣੇ ਨੇ ਉਹਨੇ ਕਹਿੰਦੇ ਨੰਬਰ ਬੋਲ ਦੇ ਤੇਰਾ 1,10 ਦੀ ਹੋ ਗਈ ਜਮੀ ਹੱਥ ਹੈ 1,10 ਦੀ ਅੱਛਾ 10 ਜਾਂ ਕਿਸੇ ਲਵੇ ਲੱਗ ਗਏ 10 ਦਿੱਤਾ ਬਾਈ ਹੁਣ ਜਮੀ ਲਾਸਟ 1,05 ਦੀ ਦੇ ਦਾਂਗੇ ਅੱਛਾ ਚੱਲ ਲੱਖ ਚ ਨਵੇੜ ਲੈ ਕੰਮ ਨੰਬਰ ਬੋਲ ਦੇ ਤੇਰਾ 86,725 ਹਾਂ 32,855 ਦੁਬਾਰਾ ਉੱਚੀ ਜੀ ਬੋਲ ਦੇ 86,725 32,855 32,855 ਦੁਬਾਰੇ ਫੇਰ ਤੋੜ ਦੇ ਆ ਮੈਂ ਮਿਲੂ ਤੁਹਾਨੂੰ 1,00,000 ਰੁਪਏ ਚ ਦੁੱਧ ਕਿੰਨਾ ਦੇਊ 16 ਲੀਟਰ ਤਿਆਰ ਹੈ ਬਈ ਹੁਣ ਚੱਲ 15 ਦੇ ਦੂ ਉਹ 16 ਹੈਗਾ ਹਾਂ ਹਾਂ 15-16 ਲੀਟਰ ਦੇ ਦੂ ਕੋਨੀ ਝੋਟੀ ਆ ਦੂਜਾ ਸੂਆ ਚੰਗੀ ਆ ਨਾ ਨਾ ਚੰਗੀ ਆ ਘੋੜੇ ਨਾਵ ਪਿੰਡ ਆ ਜ਼ਿਲ੍ਹਾ ਸੰਗਰੂਰ ਦਾ ਮੋੜ ਲਿਆ ਬਈ ਮੋੜ ਲਿਆ ਇਹ ਤੇਰੀ ਆ ਠੀਕ ਆ ਠੀਕ ਆ ਲਿਆ ਇਹਨੂੰ ਇਹਨੂੰ ਲਿਆ ਤੁਰ ਕੇ ਤੁਰ ਦੇ ਤੁਰ ਦੇ ਕੀ ਮੰਗਦਾ ਇਹਦਾ ਇੰਨਾ ਵਾਲਾ ਕਿੱਥੇ ਆ ਦਮ ਸਾਰੀ ਮੰਡੀ ਹਰਿਆਣੇ ਦੀ ਆ ਸਾਰੀ ਮੰਡੀ ਚ ਹਰਿਆਣੇ ਦੀ ਆ ਮੂਰੋਂ ਹਲਦੀ ਆ ਆਹ ਦੇਖ ਇਧਰੋਂ ਹਲਦੀ ਆਹ ਇਧਰੋਂ ਥੋੜੀ ਜੀ ਹਲਦੀ ਆ ਹੁਣ ਠੀਕ ਹੈ ਕਿਤੇ ਲਾ ਦੂ ਬੱਚਾ ਲਾ ਕੇ ਕਸਾ ਕਿੰਨੇ ਦੀ ਹੋਊ ਮੁੱਲ 41 ਕਰੇ ਦਾ ਅੱਛਾ ਇਹ 1,20 ਦੀ ਹੈ ਆਹਾ ਇਹ ਦੇ ਦਾਂਗੇ 1,00,000 ਦੀ ਇਹ 1,00,000 ਦੀ ਆ 1,20 ਦੀ ਹਾਂ ਠੀਕ ਆ ਆ ਵੀ ਤੁਰ ਬਈ ਤੂੰ ਤੁਰ ਤੇਰਾ ਚੌ ਮਟਾਈਏ ਪਹਿਲਾਂ ਤੁਰਦੀ ਹੈ ਨੀ ਤੇ ਥਾਂ
मुंडे की फोटो मैं इसकी घट मुंडे की वाद दस किलो वाली मोटी मोटी है थलो नी दिखारी दिखाऊ अजे ठीक है तोड़ दे तोड़ दे मोड़ दिया मोड़ दिया पक्की मुले दा सवा लख हो जू किन्ने दी लख दे अंदर बढ़ जू की गल लख दे अंदर कर ला दिखाइए हम सू की चीज दिखाने लग्या देख इनी चौड़ी मैं तो नहीं देखी कदे तोरी भाई डॉक्टर ना ए मेला मेले ते नहीं थी अपने चौड़ी वाली है भाई है ना चढ़ाई वाली है शेर वाले डॉक्टर को अज देखो ता घेरा देख ल बल्ले 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 एदा चार खाता होया शेर वाले डॉक्टर है दुध किन्ना के रेडी दा 17 किलो रेडी है अच्छा कई बारी कहने गुल्ले वालियां मइयां दुध घट कढ़ दियां ने पली होई वाली आ भाई डॉक्टर मुल की है एदा भाई की गल नंगा नहीं करता मुला दस दे की फर्क पैंदा नंबर ना बोली मुल तो दस दे एदा मुल गुप्त रखना एदा मुल गुप्त रखना फिर तेरा नंबर बोल दे ले 155 हां 1495 दुध किन्ना दे देगा दुध 20 किलो दे देंगे 17 हुन रेडी है 17 रेडी आ सलाह कर ला मन नाला ना कई बार ये गुल्लियां दी मइयां दुध दे घट चल दियां ने जांची परखी है पूरी पूरी जांची परखी है कहिंदा मैं चंगी आ भाई ओ की मांगदा भाई एदा एदा की मांगदा आ भाई दी आ मैसा बिकदिया ने बोल ना दे किन्ने दी नंबर ना दे तू बेचने वाली गल दस दे सानू पता लग जाए भी इना रेट चल दा गाहक नू होर कुछ मंगेगा गाहक तो 1.5 मुल करेगा तू नहीं कर दे हां ये इलाका बहुत चंगा केड़ा इलाका ये गागा लहरा इलाका गागा लहरे तो असि बैठे हां केड़ा पिंड है तेरा मेरा पिंड हैगा साजली साजली दा तो नहीं मैं तो नहीं देखा तू कदे यार साजली दे लवे तो मेरा पिंड आ ना सही गल साजली है तेरा पिंड तू केड़े वेले चल पिया नवा चलिया अजे है लिया 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 बी ना सही गल छाज लिया जी पिंड
ਇਹਦਾ ਊਈ ਮਰੀ ਜਾਂਦਾ ਹਨਾ ਪਿੰਡ ਤਾਂ ਸਹੀ ਦੱਸ ਦੇ ਸਹੀ ਪਿੰਡ ਦੱਸ ਦੇ ਪਿੰਡ ਦਾ ਚੰਨੋ ਕਿਨੀ ਚੰਨੋ ਕਿਨੀ ਚੰਨੋ ਕਿਨੀ ਆ ਫਿਰ ਤੂੰ ਲਿਆਕਾ ਸਾਡਾ ਦੱਸੀ ਜਾਂਦਾ ਹੈ ਲਹਿਰਾ ਗਾ ਕਿਹਦਾ ਨਾਂ ਵਿਕਦਾ ਵਿਕਦਾ ਨਾਂ ਲੈ ਇੱਕ ਹੋਰ ਦਿਖਾ ਦਈਏ ਸਾਨੂੰ ਮੌੜ ਮੰਡੀ ਦੀ ਸ਼ਾਨ ਬਾਹਲੀ ਵੱਡੀ ਆ ਇਹ ਵੀ ਬਾਹਲੀ ਵੱਡੀ ਆ ਬੰਬਈ ਪਿਓਰ ਬੰਬਈ ਬੱਬਾ ਬੰਬਈ ਬੰਬਈ ਕਰਦੀ ਆ ਇਹ ਮੁੜ ਲਿਆ ਇਹ ਕਰਦੀ ਆ ਬੰਬਈ ਬੰਬਈ ਹਾਂਜੀ ਰੁਪਏ ਹੋਣਾ ਨੀ ਹੋਰ ਇੱਧਰ ਪਿੱਧਰ ਦੀ ਗੱਲ ਨੀ ਬਾਕੀ ਹਾਂ ਦੁੱਧ ਦੇ ਦੂ ਕਹਿੰਦਾ ਪਰ ਮੁੱਲ ਥੋੜਾ ਜਿਹਾ ਜੇਤ ਕਰਦਾ ਹਨਾ ਠੀਕ ਆ ਪਰ ਚੀਜ਼ ਵੀ ਚੰਗੀ ਆ ਲੈ ਆ ਝੋਟੀ ਨਾ ਮੈਨੂੰ ਲੱਗਦਾ ਵੀ ਘਰੇਲੂ ਬੰਦੇ ਦੀ ਆ ਹਨਾ ਘਰ ਦੀ ਆ ਬਾਈ ਤੇਰੇ ਘਰ ਦੀ ਆ ਉਹ ਬਾਈ ਇਹਨੂੰ ਤੋਰ ਤੋਰੀ 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 ਮੋੜ ਲਿਆ ਮੋੜ ਲਿਆ ਮੋੜ ਲਿਆ ਇਹ ਪਲੂਣ ਆ ਬਾਈ ਦੂਜਾ ਸੂਗਾ ਕਿਹੜਾ ਪਿੰਡ ਆ ਬਾਈ ਦਾ ਲਹਿਰਾ ਖਾਨਾ ਖਾਨਾ ਉੱਚੋ ਮੰਡੀ ਤੋਂ ਚਾਰ ਕਈ ਲਹਿਰੇ ਨੇ ਨਾ ਹਾਂ ਪੰਜ ਲਹਿਰੇ ਨੇ ਬਾਈ ਇੱਥੇ ਨੇੜੇ ਤੇੜੇ ਹਾਂ ਤੇ ਝੋਟੀ ਦਾ ਕੀ ਮੁੱਲ ਕਰਦਾ ਮੁੱਲ ਤਾਂ ਇੱਕ ਪੰਜ ਆ ਬਾਈ ਦਾ ਬਾਲਾ ਕਰਦਾ ਬਾਬੇ ਯਾਰ ਝੋਟੀ ਦਾ ਚੰਗੀ ਆ ਤੂੰ ਕਿਹੜਾ ਮਾੜਾ ਬਈ ਯਾਰ ਏਰੀਆ ਵੀ ਤੇਰਾ ਚੰਗਾ ਹੋਊ ਕਿੰਨੇ ਦੀ ਜਮੀ ਲਾਸਟ ਹਾਂ ਹੋਰ ਕੋਈ ਲੱਗਦੀ ਨੀ ਗੱਲ ਲਵੇ ਮੌਕਾ ਦੇਖ ਲਾਂਗੇ ਆ ਕੰਬਲ ਜਿਹਾ ਲਾ ਇਹ ਤੋਂ ਜੇ ਵੇਚੇਗਾ ਆ ਵੀ ਵੇਚ ਦੇਗਾ ਕੰਬਲ ਜਿਹਾ ਲਾ ਇਹਦਾ ਕੰਬਲ ਜਿਹਾ ਲਾ ਤੂੰ ਦੱਸ ਦੇ ਕੀ ਦਿੰਦਾ ਕਹਿੰਦਾ ਘਰ ਦੀ ਆ ਜਾਣ ਦਾ ਹੱਥ ਵੱਥ ਸਾਰੇ ਆ ਤੂੰ ਕਾਹਨੂੰ ਆ ਘਰ ਦੀ ਕਾਰੋਬਾਰੀ ਆ ਪੱਕਾ ਕਾਰੋਬਾਰੀ ਆ ਇਹ ਤਾਂ 60,000 ਕਹਿ ਦੂਗਾ ਤੈਨੂੰ ਇਹਦਾ ਕੀ ਜ਼ੋਰ ਲੱਗੂ ਲੈ ਮੈਨੂੰ ਦੱਸ ਤੇਰੀ ਝੋਟੀ ਮਾਇਆ ਭਗਾਉਣਾ ਇੱਧਰ ਠੀਕ ਆ ਨਾ ਚੰਗੀ ਆ ਉਹੀ ਤਾਂ ਨੀ ਕਿਹਾ ਜਾਂਦਾ ਠੀਕ ਆ ਉਹ ਤੁਹਾਡੀ ਮਾਰੋਗੇ ਤੋਰੀ ਇਹਦਾ ਕੀ ਮੰਗਦਾ ਮੱਖਣਾ ਇੱਕ 20 ਮੁੱਲ ਵਜੂਦ ਥੋੜਾ ਨਾ ਕਿੰਨੇ ਦੀ ਹੋਊਗੀ ਜਮੀ ਲਾਸਟ ਅੱਛਾ ਤੇਰੀ ਮਰਜ਼ੀ ਆ ਅੱਛਾ 7.5 ਦੀ ਨੀ ਹੁੰਦੀ ਠੀਕ ਆ ਤੇਰੀ ਮਰਜ਼ੀ ਆ ਜੇ ਮੈਂ ਤੈਨੂੰ ਕਹਿਤਾ ਲਾ ਦੇ ਬੱਚਾ ਅੱਛਾ ਘਰੇ ਦਿੰਦਾ ਨੀ ਅਗਲਾ ਇਹਦਾ ਕੀ ਮੰਗਦਾ ਇਹਦਾ 1.70 ਮੰਗਦਾ ਹੈ ਠੀਕ ਆ ਅੱਛਾ
ਸੌਰੀ ਭਾਈ ਇਹਨੂੰ ਮੜਿਆ ਦੇ ਭਾਈ ਇਹਦਾ ਮੁੜ ਕੇ ਇਹਦਾ 15 ਕਦੋਂ ਸੂਈਆ ਬਾਈ 5 ਦਿਨ ਹੋ ਗਏ 5 ਦਿਨਾਂ ਦੀ ਸੂਈਆ ਲੇਵਾ ਦੀ ਬਸ ਚੰਗਾ ਕਰੀ ਖੜੀ ਆ ਹਾਂ ਹੁਣ ਨਹੀਂ ਬਾਜ਼ਾਰ ਲਾਇਆ ਬਾਜ਼ਾਰ ਨਹੀਂ ਲਾਇਆ ਹੈ ਇੱਕ ਟਾਈਮ ਤੇ 5:30 ਵਜੇ ਬਾਜ਼ਾਰ ਦੀ ਫੂਡ ਕੋਲ ਨਹੀਂ ਆਪਣੇ ਕੋਲੇ 5:30 ਵਜੇ ਖਾਲੀ ਕਰੀ ਆ ਵੱਡੀ ਬਹੁਤ ਆ ਬਾਈ ਹੈ ਨਾ ਇਹਦਾ ਕੀ ਰੇਟ ਰਹੂਗਾ ਫਿਰ ਕਿੰਨਾ ਦੁੱਧ ਦੁੱਧ ਤਾਂ ਦੇਊਗੀ 25 ਕਿਲੋ ਹਾਂ ਠੀਕ ਹੈ ਹੁਣ 25 ਦਿਨਾਂ ਦੇ ਡੱਬੇ ਮਾਰ ਦੇਾਂਗੇ ਕਿੰਨਾ ਮੰਗਦਾ ਮੰਗਦਾ 5.5 ਲੱਖ 5.5 ਲੱਖ ਮੰਗਦਾ ਮੋੜ ਮੰਡੀ ਪਹੁੰਚੇ ਅੱਜ ਮੰਚ ਲੈ ਕੇ ਕਿੰਨਾ ਦੁੱਧ ਚਵਾਵੇਂਗਾ ਘਰੇ ਤਿਆਰੀ ਦਾ ਫੇਰ ਰੇੜੀ ਕਿੰਨਾ ਚਵਾਦੇ 24-25 ਕਰ ਗਈ ਫੇਰ ਵੇਚ ਦੇਗਾ ਠੀਕ ਆ ਫੇਰ ਨਜ਼ਾਰਾ ਵੀ ਆ ਜਦੋਂ ਘਰੋਂ 24 ਕਿਲੋ ਕਰਕੇ ਚਵਾਵੇਂਗਾ ਮਾਰੀ ਨੀ ਤੂੰ ਜ਼ੋਰ ਹੀ ਲਾਇਆ ਲਾਈ ਮਾੜਾ ਜ਼ੋਰ ਦੁਬਾਰੇ ਲਾ ਜ਼ੋਰ ਦੇਖ ਲੈ ਕਿਆ ਤੋਰ ਕੇ ਦਿਖਾ ਦੇ ਪਾਸਮੇ ਤੋਂ ਫਰਕ ਪੈ ਜਾਣਾ ਮੈਂ ਇਹਦਾ ਕਿਵੇਂ ਨਿਕਲਦੀ ਹੈ ਹੈ ਨਹੀਂ ਤਾਂ ਕਹਿੰਦਾ ਆਸਲ ਨਾ